ਆ ਵੇਖੋ ਸ਼ਰਾਬੀ ਚਾਲਕ ਦਾ ਕਾਰ ਆ। ਪਹਿਲਾਂ ਕਾਰ ਨੂੰ ਮਾਰੀ ਟੱਕਰ, ਫਿਰ ਤੋੜ ਦਿੱਤੀ ਸਕੂਲ ਦੀ ਕੰਧ। ਟੱਕਰ ਤੋਂ ਬਾਅਦ ਕਾਰ ਦੇ ਉੱਡ ਗਏ ਪਰਖੱਚੇ। ਤਾਂ ਦੱਸਦੇ ਕਿ ਸ਼ਰਾਬ ਦੇ ਨਸ਼ੇ ਦੇ ਵਿੱਚ ਇੱਕ ਟਰਾਲਾ ਚਾਲਕ ਕਾਰਨ ਵੱਡਾ ਹਾਦਸਾ ਵਾਪਰ ਜਾਂਦਾ ਹੈ, ਜਿੱਥੇ ਪਹਿਲਾਂ ਇਸਦੇ ਵੱਲੋਂ ਇੱਕ ਕਾਰ ਨੂੰ ਟੱਕਰ ਮਾਰੀ ਜਾਂਦੀ ਹੈ ਅਤੇ ਫਿਰ ਇਹ ਸਕੂਲ ਦੀ ਕੰਧ ਨੂੰ ਤੋੜ ਦਿੰਦਾ, ਜਿਸ ਤੋਂ ਬਾਅਦ ਕਾਰ ਦੇ ਪਰਖੱਚੇ ਵੀ ਉੱਡ ਜਾਂਦੇ ਨੇ। ਵੇਖ ਸਕਦੇ ਹੋ ਤਸਵੀਰਾਂ ਦੇ ਵਿੱਚ ਕੀ ਹਾਲ ਇਸ ਕਾਰ ਦਾ ਹੋਇਆ, ਜਿਸ ਤੋਂ ਬਾਅਦ ਜ਼ਖਮੀਆਂ ਨੂੰ ਹਸਪਤਾਲ ਪਹੁੰਚਾਇਆ ਜਾਂਦਾ। ਤਾਂ ਦੱਸ ਦਈਏ ਕਿ ਮਾਮਲਾ ਰਾਜਪੁਰਾ ਤੋਂ ਸਾਹਮਣੇ ਆਇਆ, ਜਿੱਥੇ ਨਸ਼ੇ ਦੀ ਹਾਲਤ ਦੇ ਵਿੱਚ ਟਰਾਲਾ ਚਾਲਕ ਟਰਾਲੇ ਦਾ ਸੰਤੁਲਨ ਖੋ ਦਿੰਦਾ ਹੈ ਅਤੇ ਇਹ ਡਿਵਾਈਡਰ 'ਤੇ ਚੜ੍ਹ ਜਾਂਦਾ ਅਤੇ ਸਾਹਮਣੇ ਤੋਂ ਆ ਰਹੀ ਕਾਰ ਨੂੰ ਭਿਆਨਕ ਟੱਕਰ ਮਾਰ ਦਿੰਦਾ, ਜਿਸ ਤੋਂ ਬਾਅਦ ਕਾਰ ਦੇ ਪਰਖੱਚੇ ਉੱਡ ਜਾਂਦੇ ਨੇ ਅਤੇ ਫਿਰ ਇਹ ਟਰਾਲਾ ਸਿੱਧਾ ਜਾ ਕੇ ਸਕੂਲ ਦੀ ਕੰਧ ਦੇ ਵਿੱਚ ਵੱਜਦਾ, ਜਿਸ ਕਾਰਨ ਇਹ ਕੰਧ ਟੁੱਟ ਜਾਂਦੀ ਹੈ। ਮਿਲੀ ਜਾਣਕਾਰੀ ਅਨੁਸਾਰ ਕਾਰ ਦੇ ਵਿੱਚ ਦੋ ਮਹਿਲਾਵਾਂ ਅਤੇ ਬੰਦੇ ਬੈਠੇ ਸੀ ਅਤੇ ਹਾਦਸੇ ਤੋਂ ਬਾਅਦ ਇਹ ਜ਼ਖਮੀ ਹੋ ਜਾਂਦੇ ਨੇ ਅਤੇ ਇਹਨਾਂ ਦੇ ਨਾਲ ਇੱਕ ਬੱਚਾ ਵੀ ਬੈਠਾ ਸੀ ਜਿਸਦੇ ਮਾਮੂਲੀ ਸੱਟਾਂ ਲੱਗੀਆਂ ਨੇ ਅਤੇ ਇਹਨਾਂ ਨੂੰ ਹਸਪਤਾਲ ਦੇ ਵਿੱਚ ਦਾਖਲ ਕਰਵਾਇਆ ਜਾਂਦਾ। ਮੌਕੇ 'ਤੇ ਪਹੁੰਚੀ ਪੁਲਿਸ ਦੀ ਟੀਮ ਨੇ ਦੱਸਿਆ ਕਿ ਟਰਾਲਾ ਚਾਲਕ ਦੇ ਵੱਲੋਂ ਸ਼ਰਾਬ ਪੀਤੀ ਹੋਈ ਸੀ, ਜਿਸ ਨੂੰ ਕਿ ਹਿਰਾਸਤ ਦੇ ਵਿੱਚ ਲਿਆਇਆ ਗਿਆ ਅਤੇ ਉਸਦਾ ਮੈਡੀਕਲ ਵੀ ਕਰਵਾ ਲਿਆ ਗਿਆ। ਹੋਇਆ ਦੇ ਬਾਰੇ ਜਾਣਕਾਰੀ ਦਿਓ ਸਰ। ਸਰ ਇਹ ਸਵਿਫਟ ਗੱਡੀ ਪਟਿਆਲੇ ਤੋਂ ਚੰਡੀਗੜ੍ਹ ਵੱਲ ਚੜ੍ਹ ਜਾ ਰਹੀ ਸੀਗੀ ਅਤੇ ਆ ਜਿਹੜਾ ਟਰੱਕ ਆ ਰਿਹਾ ਸੀਗਾ ਇਹ ਪਟਿਆਲੇ ਵੱਲ ਨੂੰ ਜਾ ਰਿਹਾ ਸੀਗਾ ਅਤੇ ਉਹ ਟਰੱਕ ਨੇ ਜਿਹੜਾ ਡਰਾਈਵਰ ਸੀਗਾ ਟਰੱਕ ਦਾ ਡਰਾਈਵਰ ਉਹਨੇ ਦਾਰੂ ਜ਼ਿਆਦਾ ਪੀਤੀ ਹੋਈ ਸੀਗੀ ਕੰਟਰੋਲ ਹੋ ਗਿਆ ਗੱਡੀ ਇੱਧਰਲੀ ਸਾਈਡ ਆ ਗਈ ਅਤੇ ਸੀਟ ਦੇ ਵਿੱਚ ਬੈਠੀ। ਇਹ ਤੁਹਾਡੀ ਸਰ ਜੀ ਸੜਕ ਜਿਹੜੀ ਸੜਕ ਸੁਰੱਖਿਆ ਫੋਰਸ ਹੈ ਕਿੰਨੀ ਦੇਰ 'ਚ ਪਹੁੰਚ ਗਈ ਸੀ? ਇਹ ਲਗਭਗ ਕੋਲ ਆਉਣ ਤੋਂ 10 ਮਿੰਟ ਤੱਕ 10 ਮਿੰਟ ਵਿੱਚ ਪਹੁੰਚ ਗਈ। ਇਹ ਜਿਹੜਾ ਹਾਈਡ੍ਰੋਲਿਕ ਵਾਲੇ ਦੇ ਦਾਰੂ ਪੀਤੀ ਵੀ ਹੈਗੀ ਹੈ ਉਹ ਡਰਾਈਵਰ ਲਿਆ ਕਬਜ਼ੇ 'ਚ? ਹਾਂਜੀ ਉਹਨਾਂ ਦਾ ਮੈਡੀਕਲ ਚੈੱਕ ਕਰਵਾਉਣ ਲਈ ਹੋਸਪਿਟਲ ਲੈ ਕੇ ਗਏ ਉਹਨਾਂ ਨੂੰ ਅਤੇ ਨਾਲ ਮੁਲਾਜ਼ਮ ਗਏ ਨੇ ਸਾਡੇ। ਅਤੇ ਕੀ ਕਹਿਣਾ ਚਾਹੁੰਦੇ ਹਾਂ ਡਰਾਈਵਰਾਂ ਨੂੰ ਸਰ? ਇਹੀ ਕਹਿਣਾ ਚਾਹੁੰਦੇ ਹਾਂ ਕਿ ਅਸੀਂ ਦੂਜਿਆਂ ਦੀ ਜਾਨ ਦੀ ਪਰਵਾਹ ਕਰਨੀ ਬਹੁਤ ਜ਼ਿਆਦਾ ਜ਼ਰੂਰੀ ਹੈ, ਜੇ ਆਪਣੀ ਨਹੀਂ ਹੈਗੀ ਨਾ ਤਾਂ ਸ਼ਰਾਬ ਪੀ ਕੇ ਗੱਡੀ ਨਾ ਚਲਾਓ ਤਾਂ ਜ਼ਿਆਦਾ ਬਿਹਤਰ ਆ। ਕੀ ਨਾਂ ਤੁਹਾਡਾ ਸਰ? ਮੇਰਾ ਨਾਮ ਗੁਰਮੀਤ ਸਿੰਘ। ਆ ਵੇਖੋ ਸ਼ਰਾਬੀ ਚਾਲਕ ਦਾ ਕਾਰ ਆ। ਪਹਿਲਾਂ ਕਾਰ ਨੂੰ ਮਾਰੀ ਟੱਕਰ, ਫਿਰ ਤੋੜ ਦਿੱਤੀ ਸਕੂਲ ਦੀ ਕੰਧ। ਟੱਕਰ ਤੋਂ ਬਾਅਦ ਕਾਰ ਦੇ ਉੱਡ ਗਏ ਪਰਖੱਚੇ। ਤਾਂ ਦੱਸਦੇ ਕਿ ਸ਼ਰਾਬ ਦੇ ਨਸ਼ੇ ਦੇ ਵਿੱਚ ਇੱਕ ਟਰਾਲਾ ਚਾਲਕ ਕਾਰਨ ਵੱਡਾ ਹਾਦਸਾ ਵਾਪਰ ਜਾਂਦਾ ਹੈ, ਜਿੱਥੇ ਪਹਿਲਾਂ ਇਸਦੇ ਵੱਲੋਂ ਇੱਕ ਕਾਰ ਨੂੰ ਟੱਕਰ ਮਾਰੀ ਜਾਂਦੀ ਹੈ ਅਤੇ ਫਿਰ ਇਹ ਸਕੂਲ ਦੀ ਕੰਧ ਨੂੰ ਤੋੜ ਦਿੰਦਾ, ਜਿਸ ਤੋਂ ਬਾਅਦ ਕਾਰ ਦੇ ਪਰਖੱਚੇ ਵੀ ਉੱਡ ਜਾਂਦੇ ਨੇ। ਵੇਖ ਸਕਦੇ ਹੋ ਤਸਵੀਰਾਂ ਦੇ ਵਿੱਚ ਕੀ ਹਾਲ ਇਸ ਕਾਰ ਦਾ ਹੋਇਆ, ਜਿਸ ਤੋਂ ਬਾਅਦ ਜ਼ਖਮੀਆਂ ਨੂੰ ਹਸਪਤਾਲ ਪਹੁੰਚਾਇਆ ਜਾਂਦਾ। ਤਾਂ ਦੱਸ ਦਈਏ ਕਿ ਮਾਮਲਾ ਰਾਜਪੁਰਾ ਤੋਂ ਸਾਹਮਣੇ ਆਇਆ, ਜਿੱਥੇ ਨਸ਼ੇ ਦੀ ਹਾਲਤ ਦੇ ਵਿੱਚ ਟਰਾਲਾ ਚਾਲਕ ਟਰਾਲੇ ਦਾ ਸੰਤੁਲਨ ਖੋ ਦਿੰਦਾ ਹੈ ਅਤੇ ਇਹ ਡਿਵਾਈਡਰ 'ਤੇ ਚੜ੍ਹ ਜਾਂਦਾ ਅਤੇ ਸਾਹਮਣੇ ਤੋਂ ਆ ਰਹੀ ਕਾਰ ਨੂੰ ਭਿਆਨਕ ਟੱਕਰ ਮਾਰ ਦਿੰਦਾ, ਜਿਸ ਤੋਂ ਬਾਅਦ ਕਾਰ ਦੇ ਪਰਖੱਚੇ ਉੱਡ ਜਾਂਦੇ ਨੇ ਅਤੇ ਫਿਰ ਇਹ ਟਰਾਲਾ ਸਿੱਧਾ ਜਾ ਕੇ ਸਕੂਲ ਦੀ ਕੰਧ ਦੇ ਵਿੱਚ ਵੱਜਦਾ, ਜਿਸ ਕਾਰਨ ਇਹ ਕੰਧ ਟੁੱਟ ਜਾਂਦੀ ਹੈ। ਮਿਲੀ ਜਾਣਕਾਰੀ ਅਨੁਸਾਰ ਕਾਰ ਦੇ ਵਿੱਚ ਦੋ ਮਹਿਲਾਵਾਂ ਅਤੇ ਬੰਦੇ ਬੈਠੇ ਸੀ ਅਤੇ ਹਾਦਸੇ ਤੋਂ ਬਾਅਦ ਇਹ ਜ਼ਖਮੀ ਹੋ ਜਾਂਦੇ ਨੇ ਅਤੇ ਇਹਨਾਂ ਦੇ ਨਾਲ ਇੱਕ ਬੱਚਾ ਵੀ ਬੈਠਾ ਸੀ ਜਿਸਦੇ ਮਾਮੂਲੀ ਸੱਟਾਂ ਲੱਗੀਆਂ ਨੇ ਅਤੇ ਇਹਨਾਂ ਨੂੰ ਹਸਪਤਾਲ ਦੇ ਵਿੱਚ ਦਾਖਲ ਕਰਵਾਇਆ ਜਾਂਦਾ। ਮੌਕੇ 'ਤੇ ਪਹੁੰਚੀ ਪੁਲਿਸ ਦੀ ਟੀਮ ਨੇ ਦੱਸਿਆ ਕਿ ਟਰਾਲਾ ਚਾਲਕ ਦੇ ਵੱਲੋਂ ਸ਼ਰਾਬ ਪੀਤੀ ਹੋਈ ਸੀ, ਜਿਸ ਨੂੰ ਕਿ ਹਿਰਾਸਤ ਦੇ ਵਿੱਚ ਲਿਆਇਆ ਗਿਆ ਅਤੇ ਉਸਦਾ ਮੈਡੀਕਲ ਵੀ ਕਰਵਾ ਲਿਆ ਗਿਆ। ਹੋਇਆ ਦੇ ਬਾਰੇ ਜਾਣਕਾਰੀ ਦਿਓ ਸਰ। ਸਰ ਇਹ ਸਵਿਫਟ ਗੱਡੀ ਪਟਿਆਲੇ ਤੋਂ ਚੰਡੀਗੜ੍ਹ ਵੱਲ ਚੜ੍ਹ ਜਾ ਰਹੀ ਸੀਗੀ ਅਤੇ ਆ ਜਿਹੜਾ ਟਰੱਕ ਆ ਰਿਹਾ ਸੀਗਾ ਇਹ ਪਟਿਆਲੇ ਵੱਲ ਨੂੰ ਜਾ ਰਿਹਾ ਸੀਗਾ ਅਤੇ ਉਹ ਟਰੱਕ ਨੇ ਜਿਹੜਾ ਡਰਾਈਵਰ ਸੀਗਾ ਟਰੱਕ ਦਾ ਡਰਾਈਵਰ ਉਹਨੇ ਦਾਰੂ ਜ਼ਿਆਦਾ ਪੀਤੀ ਹੋਈ ਸੀਗੀ ਕੰਟਰੋਲ ਹੋ ਕੇ ਗੱਡੀ ਇੱਧਰਲੀ ਸਾਈਡ ਆ ਗਈ ਅਤੇ ਸੀਟ ਦੇ ਵਿੱਚ ਬੈਠੀ। ਇਹ ਤੁਹਾਡੀ ਸਰ ਜੀ ਜਿਹੜੀ ਸੜਕ ਸੁਰੱਖਿਆ ਫੋਰਸ ਹੈ ਕਿੰਨੀ ਦੇਰ 'ਚ ਪਹੁੰਚ ਗਈ ਸੀ?
ਇਹ ਲਗਭਗ ਕਾਲ ਆਉਣ ਤੋਂ 10 ਮਿੰਟ ਤੱਕ ਪਹੁੰਚੀ। ਇਹ ਜਿਹੜਾ ਹਾਈਡ੍ਰੋਲਿਕ ਵਾਲੇ ਦੇ ਦਾਰੂ ਪੀਤੀ ਵੀ ਹੈਗੀ ਹੈ, ਉਹ ਡਰਾਈਵਰ ਲਿਆ ਕਬਜ਼ੇ 'ਚ? ਹਾਂਜੀ, ਉਹਨਾਂ ਦਾ ਮੈਡੀਕਲ ਚੈੱਕ ਕਰਵਾਉਣ ਲਈ ਹੋਸਪਿਟਲ ਲੈ ਕੇ ਗਏ ਉਹਨਾਂ ਨੂੰ, ਅਤੇ ਨਾਲ ਮੁਲਾਜ਼ਮ ਗਏ ਨੇ ਸਾਡੇ। ਅਤੇ ਕੀ ਕਹਿਣਾ ਚਾਹੁੰਦੇ ਹਾਂ ਡਰਾਈਵਰਾਂ ਨੂੰ ਸਰ? ਇਹੀ ਕਹਿਣਾ ਚਾਹੁੰਦੇ ਹਾਂ ਕਿ ਤੁਸੀਂ ਦੂਜਿਆਂ ਦੀ ਜਾਨ ਦੀ ਪਰਵਾਹ ਕਰਨੀ ਬਹੁਤ ਜ਼ਿਆਦਾ ਜ਼ਰੂਰੀ ਹੈ, ਜੇ ਆਪਣੀ ਨਹੀਂ ਹੈਗੀ ਨਾ ਤਾਂ ਸ਼ਰਾਬ ਪੀ ਕੇ ਗੱਡੀ ਨਾ ਚਲਾਓ ਤਾਂ ਜ਼ਿਆਦਾ ਬਿਹਤਰ ਆ। ਕੀ ਨਾਂ ਤੁਹਾਡਾ ਸਰ? ਮੇਰਾ ਨਾਮ ਗੁਰਮੀਤ ਸਿੰਘ।